ਆਪਣੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਨੋਟੀਫਿਕੇਸ਼ਨ ਘੰਟੀ ਆਨ ਕਰ ਲੈਣ ਜੀ, ਤਾਂ ਜੋ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਉਸਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਤਾਂ ਸਭ ਤੋਂ ਪਹਿਲਾਂ ਜੀ ਚੈਨਲ ਦਾ ਹੈਲਪਲਾਈਨ ਨੰਬਰ ਨੋਟ ਕਰ ਲਓ, 88470 48 496। ਜੇ ਕਿਸੇ ਵੀਰ ਨੇ ਕੋਈ ਖੇਤੀਬਾੜੀ ਦਾ ਸਾਧਨ, ਕੋਈ ਖੇਤੀਬਾੜੀ ਦਾ ਸੰਦ ਸੇਲ ਕਰਨਾ ਹੋਵੇ ਤਾਂ ਆਪਣੇ ਚੈਨਲ ਤੇ ਐਡ ਲਵਾਉਣ ਲਈ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ ਤੇ ਭੇਜ ਦਿਓ ਜੀ। ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ ਤੇ ਲਗਾ ਦੇਵਾਂਗੇ ਜੀ। ਐਡ ਲਵਾਉਣ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਹੈ ਆਪਣੇ ਚੈਨਲ ਤੇ। ਸੋ ਜਿਹੜੇ ਵੀਰ ਆਪਣੇ ਸਾਧਨ ਦੀਆਂ ਫੋਟੋਆਂ ਭੇਜਦੇ ਨੇ ਜੀ, ਉਹਨਾਂ ਵੀਰਾਂ ਨੂੰ ਇੱਕ ਬੇਨਤੀ ਆ, ਕਿਰਪਾ ਕਰਕੇ ਆਪਣੇ ਸਾਧਨ ਦੀ ਫੋਟੋਆਂ ਦੇ ਨਾਲ ਨਾਲ ਉਸਦੀ ਜਾਣਕਾਰੀ ਹੈ ਜੋ ਉਹ ਪੂਰੀ ਭੇਜ ਦਿਆ ਕਰੋ ਜੀ। ਨਹੀਂ ਤੁਹਾਡੀ ਐਡ ਨਹੀਂ ਲੱਗ ਪਾਉਂਦੀ ਚੈਨਲ ਤੇ, ਅਧੂਰੀ ਰਹਿ ਜਾਂਦੀ ਐਡ ਜੀ ਤੁਹਾਡੀ। ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਜੀ, ਸਵਰਾਜ 855 FE 2010 ਮਾਡਲ ਟਰੈਕਟਰ ਹੈ ਜੀ, ਸਾਰਾ ਓਰੀਜਨਲ ਟਰੈਕਟਰ ਹੈ ਜੀ, ਰੰਗ ਪੇਂਟ ਸਾਰਾ ਨਾਲ ਦਾ ਹੈ, ਪੰਜਾਬ ਨੰਬਰ ਟਰੈਕਟਰ ਹੈ ਜੀ। 3,95,000 ਰੁਪਈਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਟਰੈਕਟਰ ਦੀ ਜੀ। 70 ਪੈਸੇ ਟਾਇਰਾਂ ਦੀ ਕੰਡੀਸ਼ਨ ਆ, ਸਾਰਾ ਟਰੈਕਟਰ ਓਰੀਜਨਲ ਹੈ ਜੀ। ਤਲਵੰਡੀ ਸਾਬੋ ਵੀਰ ਦਾ ਏਰੀਆ ਹੈ, ਬਠਿੰਡਾ ਡਿਸਟ੍ਰਿਕਟ ਦੇ ਵਿੱਚ। 94,35,70,685 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ, ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਸਕਦਾ ਜੀ। ਬਾਕੀ ਤੁਸੀਂ ਕੰਡੀਸ਼ਨ ਟਰੈਕਟਰ ਦੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ। ਅੱਗੇ ਜੀ ਆਪਣੇ ਕੋਲ ਸੇਲ ਲਈ ਸਵਰਾਜ 855 1994 ਮਾਡਲ ਟਰੈਕਟਰ ਹੈ ਜੀ, ਇਹ ਡਬਲ ਕਲੱਚ ਆ। 1,40,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਆ, ਜੈਤੋ ਮੰਡੀ ਵੀਰ ਦਾ ਏਰੀਆ ਜੀ। ਅਗਲੇ ਟਾਇਰਾਂ ਦੀ ਕੰਡੀਸ਼ਨ 60 ਪੈਸੇ ਆ ਜੀ, ਮਗਰਲੇ ਟਾਇਰਾਂ ਦੀ ਕੰਡੀਸ਼ਨ 20-25 ਪੈਸੇ ਆ। ਬਾਕੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ। ਇੰਜਨ ਗੇਅਰ ਲਿਫਟ ਪੰਪ ਦਾ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਆ ਟਰੈਕਟਰ ਦੀ। ਬਾਕੀ ਜੈਤੋ ਮੰਡੀ ਵੀਰ ਦਾ ਏਰੀਆ ਜੀ, 94,171,48,607 ਵੀਰ ਦਾ ਨੰਬਰ ਆ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ, ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋ ਹੋ ਰਿਹਾ। ਬਾਕੀ ਜਾਣਕਾਰੀ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਟਰੈਕਟਰ ਦੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ, 1994 ਮਾਡਲ ਹੈ। 1,40,000 ਰੁਪਇਆ ਡਿਮਾਂਡ ਹੈ ਵੀਰ ਵੱਲੋਂ। ਅਗਲੇ ਟਾਇਰਾਂ ਦੀ ਕੰਡੀਸ਼ਨ 60 ਪੈਸੇ ਆ ਜੀ, ਮਗਰਲੇ ਟਾਇਰ 20-25 ਪੈਸੇ ਆ। ਇੰਜਨ ਗੇ ਲੇਟ ਪੰਪ ਦੀ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਜੀ ਟਰੈਕਟਰ, ਪੰਜਾਬ ਨੰਬਰ ਟਰੈਕਟਰ ਹੈ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋ ਹੋ ਰਿਹਾ ਜੀ, ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਹੈ। ਸੋ ਆਪਣੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ, ਤਾਂ ਜੋ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀ ਤਾਂ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ। ਅੱਗੇ ਹੈ ਜੀ ਸੇਲ ਲਈ ਮਹਿੰਦਰਾ 585 DI ਟਰੈਕਟਰ, 2000 ਮਾਡਲ ਟਰੈਕਟਰ ਹੈ ਜੀ ਇਹ, 2,00,000 ਰੁਪਇਆ ਵੀਰ ਵੱਲੋਂ ਡਿਮਾਂਡ ਹੈ ਇਸ ਟਰੈਕਟਰ ਦੀ ਜੀ, ਮੋਗਾ ਵੀਰ ਦਾ ਏਰੀਆ, ਪੰਜਾਬ ਨੰਬਰ ਟਰੈਕਟਰ ਹੈ ਜੀ, PV03 ਬਠਿੰਡੇ ਦਾ ਨੰਬਰ ਹੈ ਜੀ। ਟਰੈਕਟਰ ਦਾ ਰੰਗ ਪੇਂਟ ਸਾਰਾ ਓਰੀਜਨਲ ਹੈ ਜੀ। ਇੰਜਨ ਗੇਅਰ ਲਿਫਟ ਪੰਪ ਦਾ ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਆ, ਸਾਰੇ ਕਾਗਜ਼ ਪੱਤਰ ਕੰਪਲੀਟ ਨੇ ਜੀ। 97,800,79,62 ਵੀਰ ਦਾ ਨੰਬਰ ਆ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। 40-45 ਪੈਸੇ ਟਾਇਰਾਂ ਦੀ ਕੰਡੀਸ਼ਨ ਆ, ਕਿਤੋਂ ਕੋਈ ਲੀਕੇਜ ਵਗੈਰਾ ਨਹੀਂ ਜੀ, ਇੰਜਨ ਗੇਅਰ ਸੁੱਕਾ ਪਿਆ ਟਰੈਕਟਰ ਬਿਲਕੁਲ। ਪੰਜਾਬ ਨੰਬਰ ਟਰੈਕਟਰ ਹੈ ਜੀ, PV03 ਬਠਿੰਡੇ ਦਾ ਨੰਬਰ ਹੈ ਜੀ, 2000 ਮਾਡਲ ਹੈ ਟਰੈਕਟਰ ਇਹ। ਜੇ ਕਿਸੇ ਵੀਰ ਨੇ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ, ਰੇਟ ਦਾ ਮੌਕੇ 'ਤੇ ਹਲਕਾ ਫੁਲਕਾ ਲੈਸ ਹੋ ਜੂਗਾ। ਬਾਕੀ ਜਾਣਕਾਰੀ ਤੁਸੀਂ ਵੀਰ ਤੋਂ ਲੈ ਸਕਦੇ ਹੋ ਜੀ, ਕੰਟੈਕਟ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ ਵੀਰ ਦਾ। ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ, ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ
ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ। ਵੀਡੀਓ ਦੌਰਾਨ ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ। ਅੱਗੇ ਜੀ ਆਪਣੇ ਕੋਲ ਸੇਲ ਲਈ ਫੋਰਡ 3600 1988 ਮਾਡਲ ਟਰੈਕਟਰ ਹੈ ਜੀ। ਇਹ ਸਾਰਾ ਟਰੈਕਟਰ ਦਾ ਕੰਮ A to Z ਹੋਇਆ ਜੀ। 1,60,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਟਰੈਕਟਰ ਦੀ ਜੀ। ਸਾਰੇ ਪਾਰਟਸ ਨਵੇਂ ਲਾਏ ਹੈ ਜੀ। ਏਰੀਆ ਵੀ ਇਹਦਾ ਜੀ ਅੰਮ੍ਰਿਤਸਰ। ਸਾਰੇ ਪਾਰਟਸ ਨਵੇਂ ਹੈ ਜੀ। ਟਰੈਕਟਰ ਪੂਰਾ ਫੁੱਲ ਮੋਡੀਫਾਈ ਕਰਾਇਆ। 98 153 84 032 ਵੀਰ ਦਾ ਨੰਬਰ ਹੈ। ਜੇ ਕਿਸੇ ਵੀਰ ਨੇ ਇਹ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਕੰਡੀਸ਼ਨ ਤੁਸੀਂ ਟਰੈਕਟਰ ਦੀ ਫੋਟੋਆਂ ਦੇ ਵਿੱਚ ਦੇਖ ਰਹੇ ਹੋ ਜੀ। 1988 ਮਾਡਲ ਟਰੈਕਟਰ ਹੈ। ਸਾਰਾ ਕੰਮ ਹੋਇਆ ਟਰੈਕਟਰ ਦਾ A to Z ਜੀ। ਚਾਰੋਂ ਟਾਇਰ ਨਵੇਂ ਨੇ। ਸਾਰੇ ਪਾਰਟਸ ਬਾਕੀ ਨਵੇਂ ਲਾਏ ਨੇ ਜੀ। ਸੋ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਅੱਗੇ ਹੈ ਜੀ ਆਪਣੇ ਕੋਲ ਸੇਲ ਲਈ ਸਵਰਾਜ 855 1995 ਮਾਡਲ ਟਰੈਕਟਰ ਹੈ ਜੀ। ਇਹ ਪੰਜਾਬ ਨੰਬਰ ਹੈ ਜੀ। 8 ਮਹੀਨੇ ਹੋਏ ਹੈ ਜੀ ਇੰਜਣ ਗੇਲ ਕੰਮ ਕਰਾਇਆ ਟਰੈਕਟਰ ਦਾ। 1,95,000 ਰੁਪਇਆ ਡਿਮਾਂਡ ਹੈ ਵੀਰ ਵੱਲੋਂ। ਫਿਰੋਜ਼ਪੁਰ ਵੀਰ ਦਾ ਏਰੀਆ ਜੀ। ਮਾਲਕ ਵੀਰ ਵੱਲੋਂ ਪੂਰੀ ਫੁੱਲ ਗਰੰਟੀ ਹੈ ਟਰੈਕਟਰ ਦੀ ਜੀ। ਸਾਰੀ ਇੰਜਣ ਹੁਣੇ ਕਰਵਾਇਆ ਜੀ। ਫਿਰੋਜ਼ਪੁਰ ਏਰੀਆ ਵੀਰ ਦਾ। 98 558 66 633 ਵੀਰ ਦਾ ਨੰਬਰ ਹੈ ਜੀ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋ ਹੋ ਰਿਹਾ ਹੈ। ₹60 ਟਾਇਰਾਂ ਦੀ ਕੰਡੀਸ਼ਨ ਹੈ ਜੀ। ਟਰੈਕਟਰ ਦਾ ਸਾਰਾ ਕੰਮ ਹੋਇਆ ਜੀ। ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਟਰੈਕਟਰ ਦੀ। ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋ ਹੋ ਰਿਹਾ ਜੀ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ। ਰੇਟ ਦਾ ਮੌਕੇ 'ਤੇ ਥੋੜ੍ਹਾ ਬਹੁਤ ਲੈਸ ਹੋ ਜੂਗਾ ਜੀ। ਸੋ ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ। ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਵੀਡੀਓ ਨੂੰ ਲਾਈਕ ਕਰਿਆ ਕਰੋ। ਜੇਕਰ ਤੁਸੀਂ ਵੀ ਆਪਣੇ ਚੈਨਲ 'ਤੇ ਆਪਣੇ ਕਿਸੇ ਵੀ ਸਾਧਨ ਦੀ ਇਸ ਤਰ੍ਹਾਂ ਦੀ ਐਡ ਲਵਾਉਣੀ ਹੋਵੇ ਤਾਂ ਆਪਣੇ ਸਾਧਨ ਦੀਆਂ 5-7 ਫੋਟੋਆਂ ਅਤੇ ਲੋੜੀਂਦਾ ਜਾਣਕਾਰੀ ਸਾਨੂੰ ਸਾਡੇ ਇਸ ਨੰਬਰ 'ਤੇ ਭੇਜ ਦਿਓ ਜੀ। ਅਸੀਂ ਤੁਹਾਡੀ ਐਡ ਆਪਣੇ ਇਸ ਚੈਨਲ 'ਤੇ ਲਾ ਦੇਵਾਂਗੇ ਜੀ। ਐਡ ਦਾ ਕੋਈ ਖਰਚਾ ਨਹੀਂ, ਬਿਲਕੁਲ ਫ੍ਰੀ ਐਡ ਲਗਾਈ ਜਾਂਦੀ ਹੈ ਆਪਣੇ ਚੈਨਲ 'ਤੇ। ਸੋ ਅੱਗੇ ਹੈ ਜੀ, ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਫੋਰਡ 3600 1995 ਮਾਡਲ ਟਰੈਕਟਰ ਹੈ ਜੀ। 1,65,000 ਰੁਪਇਆ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ ਇਸ ਦੀ। ਪਿੰਡ ਹੈ ਵੀਰ ਦਾ ਜੀ ਝੰਡੂਕੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ। ਨਵੀਂ ਬੈਂਡਰੀ ਹੈ ਟਰੈਕਟਰ ਦੀ ਜੀ। ਰੰਗ ਟਰੈਕਟਰ ਦਾ ਸਾਰਾ ਨਾਲ ਦਾ ਜੀ। ਵਾਹ ਕੇ ਚੈੱਕ ਕਰਕੇ ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਜੀ। ਝੰਡੂਕੇ ਪਿੰਡ ਹੈ ਵੀਰ ਦਾ ਬਠਿੰਡਾ ਡਿਸਟ੍ਰਿਕਟ ਦੇ ਵਿੱਚ। 6281-9067 ਵੀਰ ਦਾ ਨੰਬਰ ਆ। ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੋਵੇ ਵੀਰ ਨਾਲ ਕੰਟੈਕਟ ਕਰ ਸਕਦਾ ਜੀ। ਸਕਰੀਨ ਦੇ ਨੀਚੇ ਨੰਬਰ ਵੀਰ ਦਾ ਸ਼ੋ ਹੋ ਰਿਹਾ ਜੀ। ਸਾਰਾ ਕੰਮ ਟਰੈਕਟਰ ਦਾ ਹੋਇਆ ਜੀ। ਵਾਹ ਕੇ ਚੈੱਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ। ਮਾਲਕ ਵੀਰ ਵੱਲੋਂ ਪੂਰੀ ਫੁੱਲ ਤਸੱਲੀ ਹੈ ਟਰੈਕਟਰ ਦੀ। ਸੋ ਵੀਡੀਓ ਦੇ ਅੰਤ ਵਿੱਚ ਫਿਰ ਬੇਨਤੀ ਹੈ ਜੀ, ਜਿਹੜੇ ਵੀਰ ਚੈਨਲ 'ਤੇ ਨਵੇਂ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਕਰਿਆ ਕਰੋ। ਆਪਣੇ ਚੈਨਲ ਨੂੰ ਇਸੇ ਤਰ੍ਹਾਂ ਹੀ ਸ਼ੇਅਰ ਅਤੇ ਸਪੋਰਟ ਕਰਦੇ ਰਹੋ ਜੀ। ਵੀਡੀਓ ਦੇਖਣ ਲਈ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ।